ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਟਰੈਕਟਰ ਮਾਫੀਆ ਚੈਨਲ 'ਤੇ, ਹਾਜ਼ਰ ਹੋਏ ਇੱਕ ਨਵੀਂ ਖਬਰ ਦੇ ਨਾਲ ਕਿ ਹੁਣ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਖੇਤਾਂ ਵਿੱਚ ਮੋਟਰਾਂ ਲੱਗੀਆਂ ਉਹਨਾਂ 'ਤੇ ਮੀਟਰ ਲਗਾਉਣ ਦੀ ਜਿਹੜੀ ਤਿਆਰੀ ਕਰ ਲਈ ਗਈ ਹੈ, ਅਤੇ ਤੁਹਾਨੂੰ ਦੱਸਦੇ ਹਾਂ ਇਸ ਵੀਡੀਓ ਦੇ ਰਾਹੀਂ ਕਿ ਪੂਰਾ ਮਾਮਲਾ ਕੀ ਹੈ ਅਤੇ ਇਸ ਨਾਲ ਆਪਾਂ ਨੂੰ ਕੀ ਫਾਇਦੇ ਹੋਣ ਵਾਲੇ ਹਨ। ਕਿਰਪਾ ਕਰਕੇ ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਆ ਕਰੋ, ਅਤੇ ਜਿਹੜੇ ਵੀਰ ਨਵੇਂ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ। ਅਤੇ ਜਿਹੜਾ ਹੁਣ ਤੁਹਾਡਾ ਬਹੁਤਾ ਸਮਾਂ ਨਾ ਲੈਂਦੇ ਹੋਏ ਜੀ, ਜਿਹੜੀ ਅੱਜ ਦੀ ਆਪਣੀ ਹੁਣ ਦੀ ਲੇਟੈਸਟ ਖਬਰ ਹੈ ਇਹਨੂੰ ਆਪਾਂ ਕਰਦੇ ਹਾਂ ਸ਼ੁਰੂ ਕਿ ਪਾਵਰਕਾਮ ਵੱਲੋਂ ਖੇਤੀ ਖੇਤਰ 'ਚ ਲੱਗੇ ਟਿਊਬਵੈੱਲਾਂ 'ਤੇ ਮੀਟਰ ਲਗਾਉਣ ਦੀ ਜਿਹੜੀ ਵਿੱਢੀ ਮੁਹਿੰਮ ਹੁਣ ਸਾਬਕਾ ਬਿਜਲੀ ਮੰਤਰੀ ਦੇ ਹਲਕੇ ਵਿੱਚ ਸ਼ੁਰੂ ਕਰ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਬਿਜਲੀ ਬਚਾਓ ਪੈਸੇ ਕਮਾਓ ਨਾਮੀ ਨਿਵੇਕਲੀ ਸਕੀਮ ਸ਼ੁਰੂ ਕੀਤੀ ਗਈ ਹੈ। ਪੰਜਾਬ ਪਾਵਰਕਾਮ ਵੱਲੋਂ ਇਸ ਸਕੀਮ ਤਹਿਤ ਭਗਤਾ ਭਾਈਕਾ ਸਾਹਿਬ ਡਿਵੀਜ਼ਨ ਦੇ ਖੇਤੀਬਾੜੀ ਨਾਲ ਸੰਬੰਧਿਤ 12 ਫੀਡਰਾਂ ਦੀ ਚੋਣ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਇਸ ਨਵੀਂ ਸਕੀਮ ਬਾਰੇ ਪੰਜਾਬ ਪਾਵਰਕਾਮ, ਖੇਤੀਬਾੜੀ ਭੂਮੀ ਰੱਖਿਆ ਅਤੇ ਸਿਹਤ ਵਿਭਾਗ 'ਤੇ ਆਧਾਰਿਤ ਪਿੰਡਾਂ ਵਿੱਚ ਕੈਂਪ ਲਗਾ ਕੇ ਕਿਸਾਨਾਂ ਨੂੰ ਇਸ ਸਕੀਮ ਸੰਬੰਧੀ ਜਾਣੂ ਕਰਵਾਇਆ ਜਾਵੇ ਤਾਂ ਜੋ ਬਿਜਲੀ ਅਤੇ ਪਾਣੀ ਦੀ ਵੱਧ ਤੋਂ ਵੱਧ ਬੱਚਤ ਕੀਤੀ ਜਾ ਸਕੇ। ਇਸ ਸਕੀਮ ਨੂੰ ਸੰਬੰਧਿਤ ਫੀਡਰਾਂ ਅਧੀਨ ਪੈਂਦੇ ਕਿਸਾਨ ਸਵੇੱਛਾ ਨਾਲ ਅਪਣਾ ਸਕਦੇ ਹਨ। ਇਸ ਸਕੀਮ ਦਾ ਲਾਹਾ ਲੈਣ ਲਈ ਕਿਸਾਨਾਂ ਨੂੰ ਆਪਣੀ ਮੋਟਰ 'ਤੇ ਇੱਕ ਮੀਟਰ ਲਗਾਉਣਾ ਹੋਵੇਗਾ। ਨਿਰਧਾਰਿਤ ਕੀਤੀਆਂ ਗਈਆਂ ਯੂਨਿਟਾਂ ਤੋਂ ਜੇਕਰ ਕਿਸਾਨ ਵੱਧ ਯੂਨਿਟਾਂ ਦੀ ਖਪਤ ਕਰਦਾ ਹੈ ਤਾਂ ਉਸ 'ਤੇ ਕੋਈ ਪੈਸਾ ਨਹੀਂ ਲਿਆ ਜਾਵੇਗਾ। ਜੇਕਰ ਕਿਸਾਨ ਨਿਰਧਾਰਿਤ ਯੂਨਿਟਾਂ ਤੋਂ ਘੱਟ ਖਪਤ ਕਰਦਾ ਹੈ ਤਾਂ ਸਗੋਂ ਉਸ ਨੂੰ ਪਾਵਰਕਾਮ ਵੱਲੋਂ 4 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਲਾਹਾ ਦਿੱਤਾ ਜਾਵੇਗਾ। ਉਹਨੇ ਇਹ ਵੀ ਦੱਸਿਆ ਕਿ ਜੇਕਰ ਕਿਸੇ ਵੀ ਫੀਡਰ ਵਿੱਚ ਇਸ ਸਕੀਮ ਦਾ 80% ਕਿਸਾਨ ਲਾਹਾ ਲੈਂਦੇ ਹਨ ਤਾਂ ਉਸ ਫੀਡਰ ਨੂੰ ਰੋਜ਼ਾਨਾ 8 ਘੰਟੇ ਦਿੱਤੀ ਜਾਣ ਵਾਲੀ ਬਿਜਲੀ ਦੀ ਸਪਲਾਈ ਵਧਾ ਕੇ 10 ਘੰਟੇ ਕਰ ਦਿੱਤੀ ਜਾਵੇਗੀ। ਇਸ ਸਕੀਮ ਤਹਿਤ ਜ਼ਿਲ੍ਹੇ ਦੇ ਭਗਤਾ ਭਾਈਕਾ ਸਾਹਿਬ ਡਿਵੀਜ਼ਨ ਅਧੀਨ ਪੈਂਦੇ ਖੇਤੀਬਾੜੀ ਪਾਵਰ ਸਪਲਾਈ ਕਰਨ ਵਾਲੇ 12 ਫੀਡਰ ਜਿਵੇਂ ਕਿ ਗੁਰੂਸਰ, ਦਿਆਲਪੁਰਾ, ਮਿਰਜ਼ਾ, ਧੁੰਦਰਾ, ਡਰੇਨਾਗੇਵਾਲ, ਦੱਲੂਵਾਲਾ, ਅਰਮਸਰ ਸਾਹਿਬ, ਮੁੰਜਰਾਂਵਾਲਾ, ਮਾਨ ਸਿੰਘ ਵਾਲਾ, ਮਲੂਕਾ, ਕੋਠਾ ਗੁਰੂਗਾ, ਕਿਸੇ ਸਿੰਘ ਵਾਲਾ ਅਤੇ ਜਲਾਲ ਅਧੀਨ ਪੈਂਦੇ ਲਗਭਗ 1500 ਖਪਤਕਾਰ ਲਾਹਾ ਲੈ ਸਕਣਗੇ। ਕਿਸਾਨਾਂ ਦਾ ਕਹਿਣਾ ਹੈਗਾ ਕਿ ਵਿਭਾਗ ਵੱਲੋਂ ਟਿਊਬਵੈੱਲ 'ਤੇ ਸਬਸਿਡੀ ਬੰਦ ਕਰਨ ਦੇ ਜਿਹੜੇ ਯਤਨ ਹਨ। ਇਹ ਸੀਗੀ ਜੀ ਆਪਣੀ ਇਸ ਸਮੇਂ ਦੀ ਲੇਟੈਸਟ ਜਾਣਕਾਰੀ, ਅਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਸਾਨੂੰ ਸਾਡੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ। ਅਸੀਂ ਹਾਜ਼ਰ ਹਾਂ ਤੁਹਾਡੇ ਲਈ ਕਿਸੇ ਨਵੀਂ ਜਾਣਕਾਰੀ ਨਾਲ। ਤਦ ਤੱਕ ਲਈ ਧੰਨਵਾਦ ਵੀਰੋ।